ਕੈਨੇਡਾ ਦੇ ਬ੍ਰੈਂਪਟਨ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ ਨਿਊਜ਼ 18 ਤੇ ਜੁੜੇ ਨੇ। ਸੰਘਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਕਪਾਈ ਸਾਹਿਬ ਫੋਰ ਟੇਕਿੰਗ ਮੀ, ਥੈਂਕਸ ਅ ਲੋਟ। ਸੰਘਾ ਸਾਹਿਬ, ਜਿਹੜੀ ਫੈਸਲਾ ਕੈਨੇਡਾ ਗਵਰਨਮੈਂਟ ਵੱਲੋਂ ਲਿੱਤਾ ਗਿਆ ਹੈ ਵਿਦਿਆਰਥੀਆਂ ਨੂੰ ਲੈ ਕੇ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਕੈਪਿੰਗ ਲਗਾਉਣ ਦਾ, 35% ਕਟੌਤੀ ਕੀਤੀ ਗਈ ਹੈ, ਇਸ ਦੀ ਕਿਉਂ ਜ਼ਰੂਰਤ ਸੀਗੀ, ਇਸ ਦੇ ਪਿੱਛੇ ਵਜ੍ਹਾ ਕੀ ਸੀਗੀ? ਇਹ ਐਕਚੁਅਲੀ ਇਹਦੇ ਵਿੱਚ ਜਦੋਂ ਆਮ ਤੌਰ ਤੇ ਇਮੀਗ੍ਰੇਸ਼ਨ ਪਾਲਿਸੀਆਂ ਜਿਹੜੀਆਂ ਨੇ, ਪਾਇਲਟ ਪ੍ਰੋਜੈਕਟ ਜਿਹੜੇ, ਇਹਨਾਂ ਨੂੰ ਆਮ ਤੌਰ ਤੇ ਰਿਵਾਈਜ਼ ਕੀਤਾ ਜਾਂਦਾ ਹੁੰਦਾ ਬਾਏ ਬਜਾਏ, ਕਿਉਂਕਿ ਦੇਖਣ ਲਈ ਕਿ ਜਿਹੜਾ ਫਲੋ ਆਫ ਇਮੀਗ੍ਰੈਂਟਸ ਕੈਨੇਡਾ ਤੋਂ ਉਹਨੂੰ ਕੰਟਰੋਲ ਰੱਖਿਆ ਜਾ ਸਕੇ। ਜੀ, ਕਿਉਂਕਿ ਦੇਖੋ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਕੋਈ ਆਉਂਦੇ ਆ ਨਾ ਇਮੀਗ੍ਰੈਂਟਸ, ਨਿਊ ਸਾਰੇ ਇਮੀਗ੍ਰੈਂਟਸ ਨਿਊ ਆਉਂਦੇ ਹੀ ਰਹਿੰਦੇ ਆ ਨਾ, ਇਹਨਾਂ ਨੂੰ ਇਹਨਾਂ ਦੇ ਵਾਸਤੇ ਇਹਨਾਂ ਨੂੰ ਇੰਟੈਗਰੇਟ ਕਰਨ ਲਈ ਸੁਸਾਇਟੀ, ਕੈਨੇਡੀਅਨ ਸੁਸਾਇਟੀ ਦੇ ਵਿੱਚ ਕੋਈ ਔਰਗਨਾਈਜੇਸ਼ਨ ਹੈਗੀਆਂ ਜਿਹੜੀਆਂ ਆਪਣਾ ਆਪਣਾ ਕੰਮ ਕਰਦੀਆਂ, ਅਤੇ ਕੁਛ ਇਹਨਾਂ ਨੂੰ ਹੈਂਡਲ ਕਿੱਦਾਂ ਕਰਦੀਆਂ, ਫਿਰ ਕਮਿਊਨਿਟੀਆਂ ਕਿੱਦਾਂ ਹੈਂਡਲ ਕਰ ਸਕਦੀਆਂ, ਕਿੰਨੀ ਕੁ ਸਟਰੈਂਥ ਹੋਵੇ ਤਾਂ ਹੈਂਡਲ ਹੋ ਸਕਦੇ ਆ, ਇਮੀਗ੍ਰੈਂਟਸ ਨੂੰ ਜੇ ਜ਼ਿਆਦਾ ਜ਼ੋਰ ਪੈ ਜਾਵੇ ਬਹੁਤ ਹੋ ਜਾਣ ਤਾਂ ਉਹਦਾ ਕੀ ਰੈਪਰੀਕੇਸ਼ਨਸ ਕੀ ਹੁੰਦੀਆਂ, ਉਹਦਾ ਨੁਕਸਾਨ ਕੀ ਹੋ ਸਕਦਾ, ਇਹ ਸਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਇਹਨਾਂ ਦੇ ਉੱਤੇ ਕੁਛ ਨਾ ਕੁਛ ਕੰਟਰੋਲ ਕੀਤਾ ਜਾਂਦਾ। ਕਿਉਂਕਿ ਪਿਛਲੇ ਹਫਤੇ ਇਮੀਗ੍ਰੇਸ਼ਨ ਜਿਹੜੇ ਮਿਨਿਸਟਰ ਨੇ ਉੱਥੋਂ ਦੇ, ਮਾਰਕ ਮਿਲਰ, ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਆਊਟ ਆਫ ਕੰਟਰੋਲ ਵਾਲੀ ਸਥਿਤੀ ਕੈਨੇਡਾ ਦੇ ਵਿੱਚ ਹੋ ਗਈ ਹੈ, ਘਰਾਂ ਦੀ ਸ਼ੋਰਟੇਜ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ, ਔਰ ਪਿਛਲੇ ਸਾਲ ਮੰਦੀ ਦੇ ਦੌਰ ਦੇ ਵਿੱਚੋਂ ਵੀ ਕੈਨੇਡਾ ਨਿਕਲਿਆ, ਇਹ ਇੱਕ ਵੱਡੀ ਵਜ੍ਹਾ ਮੰਨੀ ਜਾਏਗੀ? ਦੇਖੋ ਜਿਹੜਾ ਜਿਹੜਾ ਨਾ ਰਿਸੈਸ਼ਨ ਬਾਰ ਕਹਿੰਦੇ ਆਪਾਂ, ਇਹ ਤੇ ਇੱਥੇ ਹੁੰਦਾ ਹੀ ਰਹਿੰਦੇ ਸਾਰੀ ਵਰਲਡ ਦੇ ਵਿੱਚ ਵੀ ਆ, ਕੋਈ ਕੰਟਰੀ ਨਹੀਂ ਹੋਊਗਾ ਜਿਹੜਾ ਇਸ ਵੇਲੇ ਕੋਵਿਡ ਦਾ ਇਫੈਕਟ ਨਹੀਂ ਹੋਇਆ ਹੋਊਗਾ, ਪਰ ਇੱਥੇ ਕੈਨੇਡਾ ਦੇ ਵਿੱਚ ਹਾਲਤ ਜਿਹੜੇ ਹੈ, ਇਹ ਚੇਂਜਿਸ ਆਲਰੇਡੀ ਇਹ ਆ ਚੁੱਕੀ ਆ, ਇਕੋਨਮੀ ਬੈਟਰ ਹੋ ਰਹੀ ਹੈ, ਔਰ ਵਰਲਡ ਬੈਂਕ ਜਿਹੜੀ ਆਪਣੀ ਕੈਨੇਡਾ ਬੈਂਕ ਆ ਉਹਨੇ ਆਲਰੇਡੀ ਡਿਕਲੇਅਰ ਕਰਤਾ ਕਿ ਇੰਟਰਸਟ ਅੱਗੇ ਨਹੀਂ ਵਧਾਏ, ਹੋਰ ਨਹੀਂ ਵਧਾਏ ਜਾਣਗੇ, ਅਤੇ ਸਮਾਂ ਕਿ ਘਟਾਉਣ ਦੇ ਚਾਂਸਿਸ ਹੈਗੇ ਹੁਣ ਕਿ ਇੰਟਰਸਟ ਰੇਟ ਘਟੂਗਾ। ਬਾਕੀ ਇਹ ਠੀਕ ਹੈ, ਘਰ ਸ਼ੋਰਟੇਜ ਆਉਂਦੀ ਆ, ਘਰਾਂ ਦੀ ਸ਼ੋਰਟੇਜ ਹੈਗੀ ਆ, ਕਿਉਂਕਿ ਹਰ ਇੱਕ ਨੂੰ ਘਰ ਦੀ ਲੋੜ ਹੈ, ਹਰ ਇੱਕ ਨੂੰ ਆਪਣੇ ਰਹਿਣ ਦਾ ਸਟੈਂਡਰਡ ਜਿਹੜਾ ਉਹ ਅਸੀਂ ਮੇਨਟੇਨ ਕਰਦੇ ਹਾਂ ਕੈਨੇਡਾ 'ਚ, ਉਹ ਹਰ ਇੱਕ ਨੂੰ ਮਿਲਣਾ ਚਾਹੀਦਾ, ਭਾਵੇਂ ਉਹ ਇੱਥੇ ਰਿਫਿਊਜੀ ਆਇਆ ਹੋਵੇ, ਉਹਦੇ ਕੋਲ ਕੰਮ ਨਹੀਂ ਕੁਛ ਨਹੀਂ, ਫਿਰ ਵੀ ਉਹਨੂੰ ਉਹ ਸਟੈਂਡਰਡ ਦਿੱਤਾ ਜਾਂਦਾ, ਅਤੇ ਉਹ ਸਟੈਂਡਰਡ ਮੇਨਟੇਨ ਕਰਨ ਲਈ ਇੱਕ ਜ਼ਰੂਰੀ ਆ ਕਿ ਫਲੋ ਜਿਹੜਾ ਆ ਇਨਸਾਈਡ ਇਮੀਗ੍ਰੈਂਟਸ ਦਾ ਕੈਨੇਡਾ ਦੇ ਵਿੱਚ ਉਹਨੂੰ ਕੰਟਰੋਲ ਕੀਤਾ ਜਾਵੇ। ਇੱਕ ਕੁਛ ਥੋੜ੍ਹਾ ਜਿਹਾ ਹੋਇਆ ਕਿ ਜ਼ਿਆਦਾ ਕਾਰਨ ਕਿਉਂ ਹੋਇਆ ਕਿ ਇਮੀਗ੍ਰੈਂਟਸ ਕਾਫੀ ਐਜ਼ ਏ ਰਿਫਿਊਜੀ ਵੀ ਬਹੁਤ ਆ ਰਹੇ ਜੀ, ਜੀ ਉਹ ਅਫਗਾਨਿਸਤਾਨ ਤੋਂ ਆ ਚੁੱਕੇ ਆ, ਤੁਸੀਂ ਦੇਖਦੇ ਹੋ ਉੱਥੇ ਰਸ਼ੀਆ ਦੀ ਲੜਾਈ ਚੱਲ ਰਹੀ ਯੂਕਰੇਨ ਦੇ ਨਾਲ, ਯੂਕਰੇਨ ਤੋਂ ਬਹੁਤ ਜ਼ਿਆਦਾ ਫਲੋ ਆ, ਇਸ ਤੋਂ ਇਲਾਵਾ ਅਰਬ ਕੰਟਰੀਆਂ ਚੋਂ ਫਲੋ, ਅਫਰੀਕਾ ਚੋਂ ਬਹੁਤ ਜ਼ਿਆਦਾ ਫਲੋ ਹੋ ਰਿਹਾ ਆ, ਫਿਰ ਜਿਹੜਾ ਇੱਧਰੋਂ ਪਾਲਿਸਤਾਨ ਹੁਣ ਸ਼ੁਰੂ ਹੋ ਗਿਆ, ਇਹ ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਹੈਗੀ ਆ ਉੱਥੋਂ ਰਿਫਿਊਜੀ ਨੇ ਅਪਲਾਈ ਕਰਦਾ ਹੋਵੇ ਤਾਂ ਇਹ ਕੰਟਰੀ ਜਿਹੜਾ ਉਹਨੂੰ ਕਦੇ ਕੋਈ ਨਾਂ ਨਹੀਂ ਕਰਦਾ, ਕਿਉਂਕਿ ਇਹ ਪੋਲਿਸੀ ਆ ਕੈਨੇਡਾ ਦੀ ਕਿ ਜੇ ਤੁਹਾਨੂੰ ਆਪਣੇ ਕੰਟਰੀ ਦੇ ਵਿੱਚ ਪ੍ਰੋਬਲਮ ਹੈ, ਭਾਵੇਂ ਗੌਰਮੈਂਟ ਨਾਲ ਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਜਿਹੜੇ 'ਚ ਤੁਹਾਨੂੰ ਖਤਰਾ ਹੈ ਜਾਣ ਨੂੰ, ਅਤੇ ਤੁਸੀਂ ਇੱਥੇ ਆ ਕੇ ਉਹਦਾ ਰਿਫਿਊਜੀ ਕਲੇਮ ਕਰ ਸਕਦੇ, ਉਹ ਬਹੁਤ ਜ਼ਿਆਦਾ ਇਨਫਲੈਕਸ ਆ, ਉਹ ਵੀ ਕਾਫੀ ਫਰਕ ਪਾਉਂਦਾ, ਕਾਫੀ ਫਰਕ ਪਾਇਆ ਉਹਨੇ ਇਹਦੇ 'ਤੇ ਦੂਜਿਆਂ 'ਤੇ ਘਰਾਂ ਦੇ ਉੱਤੇ, ਅਤੇ ਇਸ ਕਰਕੇ ਹੈ ਕੋਈ ਫਰਕ, ਇਹ ਫਰਕ ਤਾਂ ਜ਼ਰੂਰੀ ਹੈ, ਇਹ ਵੀ ਚੀਜ਼ਾਂ ਧਿਆਨ 'ਚ ਰੱਖੀਆਂ ਜਾਂਦੀਆਂ ਜਦੋਂ ਫਲੋ ਘਟਾਉਣਾ ਜਾਂ ਵਧਾਉਣਾ ਹੁੰਦੇ।
ਇਸ ਦਾ ਕਾਰਨ ਇਹ ਵੀ ਹੈ ਕਿ ਅਗਲੇ ਸਾਲ 2025 'ਚ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੇ ਹੈ, ਪੀਐਮ ਨਵੇਂ ਬਣਾਏ ਜਾਣੇ ਆ, ਔਰ ਲਿਬਰਲ ਪਾਰਟੀ ਜਿਹੜੀ ਜਸਟਿਨ ਟਰੂਡੋ ਹੋਰਾਂ ਦੀ ਹੈ ਕਾਫੀ ਸਰਵੇ ਦੇ ਵਿੱਚ ਪਿੱਛੇ ਚੱਲ ਰਹੀ ਹੈ, ਔਰ ਜਿਹੜੇ ਆਮ ਵੋਟਰ ਨੇ ਉੱਥੋਂ ਦੇ ਸਿਟੀਜ਼ਨ ਨੇ ਉਹ ਮੰਦੀ ਦੇ ਦੌਰ ਦੇ ਵਿੱਚ ਸੀਗੇ, ਉਹਨਾਂ ਨੂੰ ਮੁਸ਼ਕਲ ਆ ਰਹੀ ਸੀਗੀ, ਉਹ ਕੈਨੇਡਾ ਗਵਰਨਮੈਂਟ ਨੂੰ ਇਸ ਗੱਲ ਤੋਂ ਲੈ ਕੇ ਖਫਾ ਸੀਗੇ ਕਿ ਮਹਿੰਗੇ ਟੈਕਸ ਭਰਨੇ ਪੈ ਰਹੇ ਹੈ, ਘਰਾਂ ਦੀ ਸ਼ੋਰਟੇਜ ਹੈ, ਤਾਂ ਉਸ ਵੋਟ ਬੈਂਕ ਨੂੰ ਵੀ ਧਿਆਨ 'ਚ ਰੱਖ ਕੇ ਫੈਸਲਾ ਲਿੱਤਾ ਗਿਆ। ਦੇਖੋ ਜੀ, ਲੀਡਰ ਜਿਹੜੇ ਉਹਦੇ ਵੋਟ ਬੈਂਕ ਦਾ ਧਿਆਨ ਤਾਂ ਰੱਖਦੇ ਹੀ ਆ, ਪਰ ਇਹ ਐਡੀ ਗੱਲ ਇਹ ਮੇਰਾ ਖਿਆਲ ਨਹੀਂ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਆ, ਇਹ ਐਡਾ ਵੱਡਾ ਇਫੈਕਟ ਉਹਦਾ ਹੋਇਆ ਹੋਊਗਾ ਕਿ ਇੱਕ ਸਟੂਡੈਂਟਸ ਦੇ ਘੱਟ ਆਉਣ ਦੇ ਨਾਲ ਇਹ ਘਟਾਇਆ ਇਸ ਕਰਕੇ ਆ ਕਿ ਇਹਦਾ ਇਫੈਕਟ ਇਕੋਨਮੀ 'ਤੇ ਹੋ ਰਿਹਾ। ਨਾ, ਇਹ ਨਹੀਂ, ਇਹ ਨਹੀਂ ਹੋ ਸਕਦਾ। ਹਾਂ, ਇਹ ਜ਼ਰੂਰ ਹੋ ਸਕਦਾ ਕਿ ਫਲੋ ਨੂੰ ਪ੍ਰੋਪਰ ਉਸ ਲਿਮਿਟ ਦੇ ਵਿੱਚ ਰੱਖਣ ਲਈ, ਫਲੋ ਜ਼ਿਆਦਾ ਨਾ ਹੋਵੇ ਉਹਦੇ ਵਾਸਤੇ, ਉਹਦੇ ਕਰਕੇ ਕੀਤਾ ਹੈ, ਕਿਉਂਕਿ ਫਲੋ ਕੰਟਰੋਲ ਕਰਨਾ ਉਹ 'ਚ ਮੇਨ ਇੱਕ ਗੱਲ ਇਹ ਜ਼ਰੂਰੀ ਹੁੰਦੀ ਹੈ ਜੀ ਕਿ ਜਿਹੜਾ ਵੀ ਇੱਥੇ ਆਉਂਦਾ ਨਾ, ਉਹਨੇ ਕੈਨੇਡੀਅਨ ਸੋਸਾਇਟੀ ਦੇ ਵਿੱਚ ਉਹਦਾ ਇੰਟੈਗਰੇਟ ਹੋਣਾ ਜ਼ਰੂਰੀ ਹੁੰਦਾ ਆ, ਕਿਉਂਕਿ ਉਹ ਹਰ ਇੱਕ ਕੰਟਰੀ ਕੋਲ ਆਪਣੇ ਆਪਣੀ ਸਭਿਅਤਾ, ਆਪਣੇ ਆਪਣੀਆਂ ਆਦਤਾਂ, ਆਪਣੇ ਆਪਣੇ ਚੀਜ਼ ਤਰੀਕੇ ਲੈ ਕੇ ਆਉਂਦਾ, ਤਾਂ ਨਹੀਂ ਉਹਨੂੰ ਇੱਥੇ ਆ ਕੇ ਹੌਲੀ ਹੌਲੀ ਕੈਨੇਡੀਅਨ ਸੋਸਾਇਟੀ ਦੇ ਵਿੱਚ ਕਨਵਰਟ ਕੀਤਾ ਜਾਂਦਾ। ਪਿਛਲੇ ਦਿਨਾਂ ਚ ਕੈਨੇਡਾ ਦੇ ਵਿੱਚ ਨਿੱਜਰ ਹੋਰਾਂ ਦਾ ਮਰਡਰ ਹੋ ਗਿਆ ਸੀ, ਉਸ ਤੋਂ ਬਾਦ ਬੜੀ ਤਲਖੀ ਦੇਖਣ ਨੂੰ ਮਿਲੀ, ਬਹੁਤ ਸਾਰੇ ਜਿਹੜੇ ਭਾਰਤ ਦੇ ਵਿੱਚ ਜਿਹੜੇ ਅਧਿਕਾਰੀ ਮੌਜੂਦ ਸੀਗੇ ਉਹ ਵਾਪਸ ਚਲੇ ਗਏ ਸੀਗੇ, ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ 40 ਤੋਂ ਵੱਧ, ਇਹ ਕੋਈ ਵਜ੍ਹਾ ਮੰਨੀ ਜਾਏਗੀ? ਕਿਉਂਕਿ ਫੀਸ ਵੀ ਪਿਛਲੇ ਦਿਨਾਂ ਚ ਡਬਲ ਕਰ ਦਿੱਤੀ ਸੀਗੀ, ਕੋਈ ਇਸ ਤਰੀਕੇ ਦਾ ਵੀ ਕੋਈ ਰੀਜ਼ਨ ਮੰਨਿਆ ਜਾਏਗਾ ਜਾਂ ਨਹੀਂ? ਨਹੀਂ, ਮੇਰਾ ਖਿਆਲ ਨਹੀਂ ਉਹਦਾ ਇੰਨਾ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਨਾ ਨਾ ਜੀ, ਨਹੀਂ ਨਹੀਂ, ਆਈ ਡੋਂਟ ਐਗਰੀ ਵਿਦ ਦੋ, ਮੈਂ ਨਹੀਂ ਮੰਨਦਾ, ਉਹ ਨਹੀਂ ਹੋ ਸਕਦਾ, ਉਹ ਤਾਂ ਬੜੀ ਵੱਖਰੀ ਚੀਜ਼ ਆ ਆਪਣੀ ਤੌਰ ਤੇ, ਇਹਦਾ ਉਹਦੇ ਨਾਲ ਕੋਈ ਲਿੰਕ ਨਹੀਂ, ਉਹ ਛੋਟੀ ਜਿਹੀ ਗੱਲ ਹੈ ਇੱਕ, ਇਹ ਤਾਂ ਨੈਸ਼ਨਲ ਲੈਵਲ ਦੀ ਆ। ਦੇਖੋ, ਇਸ ਵੇਲੇ ਪ੍ਰੋਵਿੰਸ ਜਿਹੜੀਆਂ ਨਾ, ਉਹਨਾਂ ਦੇ ਆਪਣੇ ਆਪਣੇ ਇਮੀਗ੍ਰੇਸ਼ਨ ਲਾਜ ਹੈਗੇ ਆ ਜੀ, ਲਾਅ ਤਾਂ ਫੈਡਰਲ ਹੈ ਪਰ ਪ੍ਰੋਵਿੰਸ਼ੀਅਲ ਆਪਣਾ ਆਪਣਾ, ਹਰ ਇੱਕ ਤਰ੍ਹਾਂ ਉਹ ਵੀ ਚਾਹੁੰਦੀ ਕਿ ਸਾਡਾ ਸ਼ੇਅਰ ਸਾਨੂੰ ਮਿਲੇ, ਉਹ ਜਿਹੜਾ ਆਉਂਦਾ ਉਹਦਾ ਵੀ ਸੁਣਨੀ ਪੈਂਦੀ ਸਾਰਿਆਂ ਨੂੰ, ਉਹ ਆਪਣੇ ਆਪਣਾ ਇਸ ਵੇਲੇ ਸਟੇਜ ਇਹ ਆ ਚੁੱਕੀ ਆ, ਕਈ ਪ੍ਰਿੰਸਸ ਇਹੋ ਜਿਹੇ ਆ ਜਿਹੜੇ ਕਹਿੰਦੇ ਕਿ ਸਾਡੇ ਕੋਲ ਤਾਂ ਬਹੁਤ ਘੱਟ ਆਉਂਦੀ ਗਿਣਤੀ ਜੀ। ਜਿਹੜਾ ਦੂਸਰਾ ਸਰ ਵੀ ਹੈ ਕਿ ਜਿਹੜਾ ਹੁਣ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਨਜ਼ਰ, ਪਹਿਲੀ ਪਸੰਦ ਕੈਨੇਡਾ ਦੀ ਧਰਤੀ ਰਹੀ ਹੈ ਪੜ੍ਹਾਈ ਦੇ ਮਾਮਲੇ ਦੇ ਵਿੱਚ, ਤਾਂ ਇਹਨਾਂ ਵਿਦਿਆਰਥੀਆਂ ਦੇ ਉੱਤੇ ਕਿੰਨਾ ਅਸਰ ਪਏਗਾ ਜਦੋਂ 35% ਕਟੌਤੀ ਕੀਤੀ ਗਈ? ਇੰਨਾ ਜ਼ਿਆਦਾ ਤਾਂ ਨਹੀਂ ਪੈਣਾ ਵੈਸੇ, ਆਈ ਡੋਂਟ ਨੋ, ਇੰਨਾ ਜ਼ਿਆਦਾ ਤਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਕਾਬਲੀਅਤ ਵਾਲੇ ਬੱਚੇ ਆ ਉਹਨਾਂ ਨੇ ਤਾਂ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਆ ਹੀ ਜਾਣਾ ਜੀ, ਉਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਥੋੜ੍ਹਾ ਅੱਗੇ ਪਿੱਛੇ ਹੋ ਕੇ ਆ ਜਾਣਗੇ ਪਰ ਆ ਜਾਂਦੇ ਆ। ਦੂਸਰਾ, ਵਰਕ ਪਰਮਿਟ ਨੂੰ ਲੈ ਕੇ ਵੀ ਕੁਛ ਤਬਦੀਲੀਆਂ ਕੀਤੀਆਂ ਗਈਆਂ, ਕੁਛ ਸਖਤੀ ਕੀਤੀ ਗਈ ਹੈ, ਜਿਹੜੇ ਵਿਦਿਆਰਥੀ ਨੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ, ਇਹ ਪੂਰਾ ਪ੍ਰੋਸੈਸ ਦੱਸੋਗੇ ਕੀ ਫੈਸਲਾ ਲਿੱਤਾ ਗਿਆ? ਇਹ ਹਲੇ ਪੂਰਾ ਫੈਸਲਾ ਨਹੀਂ ਇੱਥੇ ਹੋਇਆ, ਹੋ ਜਾਣਾ ਵੀ, ਇਹਨੂੰ ਵੀ ਕਲੈਰੀਫਾਈ ਕਰ ਦਿੱਤਾ ਜਾਊਗਾ, ਮਿਨਿਸਟਰ ਨੇ ਕਰ ਦੇਣਾ ਇੱਕ ਦੋ ਵੀਕਾਂ ਦੇ ਵਿੱਚ, ਪਰ ਇਹ ਵੀ ਜ਼ਰੂਰੀ ਸੀਗਾ ਜੀ, ਇਹ ਵਰਕ ਪਰਮਿਟ ਨੂੰ ਲੈ ਕੇ ਵੀ ਬਹੁਤ ਪ੍ਰੋਬਲਮ ਹੈ, ਕਈ ਲੋਕ ਇਹੋ ਜਿਹਾ ਸਟੂਡੈਂਟ ਹੈਗੇ ਆ ਜਿਹਨਾਂ ਨੇ ਉਤਰਦੇ ਸਾਰੇ ਉਹ ਪਹਿਲਾਂ ਸਕੂਲੇ ਨਹੀਂ ਜਾਂਦੇ, ਉਹ ਵਰਕ ਲੱਭਦੇ ਕੰਮ ਜੀ, ਉਹ ਸਕੂਲ ਨੂੰ ਛੱਡ ਦਿੰਦੇ ਆ, ਕੰਮਾਂ ਨੂੰ ਜ਼ਿਆਦਾ ਜਾਂਦੇ ਆ,
ਉਹ ਵੀ ਇੱਕ ਸਿਸਟਮ ਨੂੰ ਮਿਸਯੂਜ ਹੋਣ ਵਾਲੀ ਆ ਗੱਲ ਹੋ ਜਾਂਦੀ ਆ। ਅੱਛਾ, ਬਹੁਤ ਇਹੋ ਜਿਹੇ ਆ ਜਿਹੜੇ ਸਕੂਲ ਇਹੋ ਜਿਹਾ ਕੰਮ ਕਰਨ ਲੱਗ ਪਿਆ ਸੀ ਗਲਤ ਤਰੀਕੇ ਨਾਲ, ਕਿ ਜਿਹਨਾਂ ਨੂੰ ਜਿਹਨਾਂ ਦੀ ਸਕਰੂਟਰੀ ਤੋਂ ਬਾਅਦ ਹੁਣ ਪਤਾ ਲੱਗਦਾ ਕਿ ਇਹ ਸਕੂਲ ਜਿਹੜੇ ਆ ਇਹਨਾਂ ਨੇ ਰੋਂਗ ਕਿੱਦਾਂ ਬੱਚੇ ਬਣਾਏ ਆ ਗਲਤ। ਉਹ ਜਿਹੜੇ ਤੁਸੀਂ ਆ ਦੇਖਿਆ ਕਿਹੜੀ ਕਿਹੜੀਆਂ ਅਖਬਾਰਾਂ 'ਚ ਕਿੰਨਾ ਕੁਛ ਆਇਆ, ਜਦੋਂ ਸਾਰੇ ਐਵੀਡੈਂਸ ਮਿਲ ਜਾਂਦੇ ਨਾ ਉਸ ਤੋਂ ਬਾਅਦ ਫਿਰ ਐਕਸ਼ਨ ਜਦੋਂ ਹੁੰਦਾ ਉਦੋਂ ਫਿਰ ਇੱਦਾਂ ਦੇ ਇਫੈਕਟ ਵੀ ਆਉਂਦੇ ਆ। ਪਰ ਇਹ ਇੱਕ ਨਾ ਇੱਕ ਸਿਸਟਮ ਨੂੰ ਗਲਤ ਤਰੀਕੇ ਨਾਲ ਯੂਜ ਕਰਨ ਲਈ ਇੱਦਾਂ ਦੇ ਸਟੈਪ ਜਿਹੜੇ ਉਹਨਾਂ ਨੂੰ ਅਵੋਇਡ ਕਰਨ ਲਈ ਇਹ ਜ਼ਰੂਰੀ ਹੋ ਜਾਂਦੇ ਸਟੈਪ ਇੱਦਾਂ। ਦੂਸਰਾ, ਜਿਹੜੇ ਤੁਸੀਂ ਉੱਥੇ ਨੁਮਾਇੰਦਗੀ ਕਰਦੇ ਹੋ ਪੰਜਾਬੀਆਂ ਦੀ, ਤੁਸੀਂ ਇਸ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਮੌਜੂਦਾ ਗਵਰਨਮੈਂਟ ਵੱਲੋਂ ਲਿੱਤਾ ਗਿਆ? ਮੈਂ ਤਾਂ ਇੱਦਾਂ ਦੇਖਦਾ ਜੀ ਕਿ ਜਿੱਦਾਂ ਇਹ ਨਾ ਇਹ ਫੈਸਲਾ ਜਿਹੜਾ ਆ ਤੇ ਇਹਦੀ ਲੋੜ ਸੀ ਜੀ ਗਵਰਨਮੈਂਟ ਨੂੰ ਜੀ। ਗਵਰਨਮੈਂਟ ਆਫ ਕੈਨੇਡਾ ਨੇ ਸਟੈਪ ਜਿਹੜਾ ਲਿਆ ਆ ਇਹ ਇੱਕ ਵਾਜਬ ਸਟੈਪ ਆ, ਔਰ ਇਹ ਸਟੈਪ ਇੱਦਾਂ ਦੇ ਗਾਇਬ ਗਾਇਬ ਹੁੰਦੇ ਰਹਿੰਦੇ ਆ, ਕੋਈ ਏਡੀ ਵੱਡੀ ਗੱਲ ਨਹੀਂ। ਕਿਉਂ ਜ਼ਰੂਰਤ ਤੁਹਾਨੂੰ ਕਿਉਂ ਲੱਗਦਾ, ਕਿਉਂ ਲੋੜ ਸੀਗੀ? ਇੱਥੇ ਵੈਸੇ ਜ਼ਰੂਰ ਫੀਲ ਹੁੰਦਾ ਕਿਸੇ ਨੂੰ ਕਿ ਲਓ ਜੀ ਸਾਡੇ ਬੱਚੇ ਤਾਂ ਜਾਣੇ ਸੀ, ਇਹ ਰੋਕਿਆ ਰੁਕਣੇ ਤੱਕਣੇ ਕੋਈ ਨਹੀਂ, ਥੋੜ੍ਹਾ ਅੱਗੇ ਪਿੱਛੇ ਹੋ ਕੇ ਆ ਜਾਣ ਜੀ, ਦੋ ਚਾਰ ਕਲਾਸਾਂ ਹੋਰ ਉੱਥੇ ਪੜ੍ਹ ਲੈਣਗੇ ਇੱਥੇ ਆ ਜਾਣਗੇ ਜੀ, ਆ ਜਾਂਦੇ ਆ। ਲੇਕਿਨ ਲੋਕੀ ਤਾਂ ਦਸਵੀਂ ਕਰਕੇ ਫੇਲ ਕਹਿੰਦੇ ਨਾ, ਬੱਚਾ ਅੱਜ ਦਸਵੀਂ ਹੋ ਗਈ ਆ, ਰਿਜ਼ਲਟ ਆ ਗਿਆ, ਹੁਣ ਮੇਰਾ ਮੁੰਡਾ ਚੱਲ ਗਿਆ। ਤੁਹਾਨੂੰ ਕਿਉਂ ਲੱਗਦਾ ਕਿਉਂ ਜ਼ਰੂਰਤ ਸੀਗੀ, ਮਤਲਬ ਉੱਥੇ ਜਿਹੜੇ ਪੰਜਾਬੀ ਬੈਠੇ ਆ ਜਿਹੜੇ ਨੁਮਾਇੰਦਗੀ ਕਰਦੇ ਆ ਜਾਂ ਜਿਹੜੇ ਉੱਥੇ ਬਿਜ਼ਨਸਮੈਨ ਨੇ, ਉਹਨਾਂ ਨੂੰ ਕਿਉਂ ਲੱਗਦਾ ਕਿ ਇਸ ਤਰੀਕੇ ਦੇ ਫੈਸਲਿਆਂ ਦੀ ਲੋੜ ਸੀ? ਕਿਉਂਕਿ ਆਹ ਹੀ ਚੱਲ ਚੱਲ ਗੱਲਾਂ ਜਿਹੜੀਆਂ ਮੈਂ ਦੱਸੀਆਂ ਕਿ ਬੱਚਿਆਂ ਦੀ ਇੱਥੇ ਸੁਸਾਇਟੀ ਨੂੰ ਇੱਕ ਲੋੜ ਆ ਕਮਿਊਨਿਟੀ ਨੂੰ ਮੇਨਟੇਨ ਕਰਨ ਦੀ, ਕਿ ਕਿੰਨੇ ਕਿੰਨੇ ਹੋਣੇ ਚਾਹੀਦੇ ਨੇ, ਜੇ ਜ਼ਿਆਦਾ ਹੋਣ ਲੱਗ ਪੈਣ ਤਾਂ ਰਸ਼ ਹੋ ਜਾਂਦਾ, ਫਿਰ ਉਹ ਵੀ ਸਾਂਭਣਾ ਔਖਾ ਹੋ ਜਾਂਦਾ ਨਾ, ਸਿਟੀਆਂ ਲਈ ਮਿਊਨਸਪੈਲਿਟੀਆਂ ਲਈ ਸਾਂਭਣਾ, ਉਹਨਾਂ ਨੂੰ ਪ੍ਰੋਵਾਈਡ ਕਰਨੀਆਂ, ਜਿਹੜੇ ਰਿਫਿਊਜੀ ਆ ਗਏ ਉਹਦੇ ਉਹਨਾਂ ਨੂੰ ਘਰ ਦੇਣੇ, ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਜਾਂਦਾ ਆ, ਉਹਨਾਂ ਨੂੰ ਆਪਣੀਆਂ ਸਹੂਲਤਾਂ ਸਾਰੀਆਂ ਦੇਣੀਆਂ ਪੈਂਦੀਆਂ, ਸਾਰਾ ਤੁਸੀਂ ਜਿਹੜੇ ਕਾਊਂਟ ਆਉਂਦਾ ਨਾ ਇਹ ਜਮ੍ਹਾਂ ਹੁੰਦਾ, ਅਲਟੀਮੇਟਲੀ ਪਤਾ ਲੱਗਦਾ ਕਿ ਜ਼ਰੂਰੀ ਸੀ ਇਸ ਚੀਜ਼, ਇਸ ਚੀਜ਼ ਦੀ ਜ਼ਰੂਰਤ ਬਹੁਤ ਸੀ ਜੀ। ਠੀਕ ਹੈ, ਧੰਨਵਾਦ ਨਿਊਜ਼ 18 ਨੂੰ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ। ਥੈਂਕ ਯੂ।